ਇੰਤਜ਼ਾਮ ਦਿੰਦੇ ਨੇ ਪਰ ਸਾਹਮਣੇ ਚਾਰ ਜਾਫੀ ਕਹਿੰਦੇ ਚਾਰੇ ਹੀ ਲੱਗਣਾ ਚਾਹੁੰਦੇ ਨੇ ਲਓ ਲੱਤ ਫੜਨ ਦੀ ਕੋਸ਼ਿਸ਼ ਕੀਤੀ ਆਹ ਹਵੇ ਮੁੰਡਿਆ ਹਲਕੀ ਜੀ ਚੰਡ ਆਉਂਦੇ ਕੋਈ ਗੱਲ ਨਹੀਂ ਬਾਕੀ ਲਾ ਸੱਟ ਕੌਡੀ ਪੱਕੀ ਵੀ ਹੋਵੇ ਤੇ ਸੱਟ ਲੱਗਣੀ ਚਾਹੀਦੀ ਹੈ ਵਾਹ ਵਾਹ ਆਹ ਵੀ ਮੁੰਡਿਆ ਕਹਿੰਦਾ ਮੈਂ ਜੱਫਾ ਕਰਾਂਗਾ ਹਾਂ ਹਾਂ ਕਿੱਧਰ ਬਾਈ ਇਹ ਕੈਪਟਨ ਬੱਗੀ ਹੈ ਆਰਮੀ ਦੇ ਨਾਲ ਤਾਲਕ ਹੈ ਮੁੰਡਾ ਫੜਨ ਦੇ ਵਿੱਚ ਕਾਮਯਾਬ ਹੋਇਆ ਕਿ ਨਹੀਂ ਅਜੇ ਨਹੀਂ ਅਜੇ ਚੱਲ ਰਹੀ ਹੈ ਕਸ਼ਮਕਸ਼ ਵਾਹ 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 ਇੱਕ ਵਾਰ ਆਏ ਹਾਏ ਇੰਜ ਇੰਜ ਖੈਬ ਖੈ ਹੋਣੀ ਉਂਝ ਨਹੀਂ ਚੱਲਦਾ ਕੰਮ ਇਹ ਝੰਬਿਆ ਕੰਮ ਬਣਨਾ ਹੈ ਆਏ ਹਾਏ ਹਾਏ ਆਏ ਹਾਏ ਉਹ ਜੀ ਓਏ ਵਾਹ ਐਸ ਕਬੱਡੀ ਦੇ ਚੋਰੀ ਖਾਲਸਾ ਸਾਹਿਬ ਰੇਟ ਵਧਾ ਦੇਵਾਂਗੇ ਓ ਹੋ ਹੋ ਵਾਹ ਜੀ ਵਾਹ ਲੈ ਬਾਈ ਐ ਚਾ ਸਹੀ ਤਾਰੀ ਅਬਦੁਲ ਮਜੀਦ ਮਲਕ ਜਿੰਦਾਬਾਦ ਸਾਹਾ ਚੀਮਾ ਮਾਨੀ ਸੰਧੂ ਵਾਹ ਜੀ ਵਾਹ ਇਬਰਾਰ ਪੱਗਾ ਤੇ ਸਭ ਤੋਂ ਪਿੱਛੇ ਸ਼ਾਨੀ ਬੱਟ ਬਈ ਤਾੜੀ ਦੇ ਮਾਰੋ ਨਾ ਟੀਮ ਆਈ ਤੇ ਤਾੜੀ ਨਹੀਂ ਵੱਜਣ ਰਹੀ ਬਹੁਤ ਅੱਛੇ ਜੀ ਜਿੰਦਾਬਾਦ ਵਿੱਚ ਚੀਮਾ ਜੀ ਕਿਆ ਬਾਤ ਹੈ ਬਹੁਤ ਅੱਛੇ ਦੋਵਾਂ ਟੀਮਾਂ 'ਚ ਇੱਕ ਇੱਕ ਚੀਮਾ ਵੀ ਪਾਇਆ ਹੈ ਕਿ ਟੀਮ ਨੂੰ ਨਜ਼ਰ ਨਾ ਲੱਗੇ ਇਹ ਬੜੀ ਅੱਛੀ ਗੱਲ ਹੈ ਇੱਕ ਵਾਰੀ ਪੂਰੇ ਪਿੰਡ ਵਾਸਤੇ ਤਾੜੀ ਅਜਮਲ ਗੁਜਰ ਸਾਹਿਬ ਵਾਹ ਵੀ ਮੰਗ ਲਓ ਇਹਨਾਂ ਤੋਂ ਉਹ ਛੱਡੋ ਯਾਰ ਬਸ ਤੁਹਾਨੂੰ ਕੀ ਕਰਨ ਦਾ ਯਾਰ ਇੱਕ ਇੱਕ ਵਾਰੀ ਜੀ ਮਿਹਰਬਾਨੀ ਜਨਾਬ ਚੌਧਰੀ ਰਾਸ਼ਦ ਸਾਹਿਬ ਜਨਾਬ ਔਰ ਜਨਾਬ ਚੌਧਰੀ ਰਾਸ਼ਦ ਸਾਹਿਬ ਸ਼ੁਕਰਾਨਾ ਚੌਧਰੀ ਅਰਸ਼ਦ ਸਾਹਿਬ ਸ਼ੁਕਰੀਆ ਮਿਹਰਬਾਨੀ ਇਹਨੂੰ ਕੋ ਖੇਤੇ ਆਇਆ ਸਟੇਜ ਤੇ ਹਾਂਜੀ ਹਾਂਜੀ ਆਓ ਵੇਖੋ ਲਓ ਜੀ 200 ਤੁਹਾਡਾ ਰਹਿ ਗਿਆ ਉਹ ਮਿਲ ਜਾਏਗਾ ਤੁਸੀਂ ਪਰ ਹਾਰ ਜਾਓ ਤੁਹਾਡੀ ਮੇਰੋ ਲਓ ਜੀ ਪਹਿਲੀ ਕਬੱਡੀ ਮਾਨੀ ਸੰਧੂ ਆਏ ਹਾਏ ਹਾਏ ਲੈ ਵੀ ਸੰਧੂ ਉਧਰ ਜੱਫਿਆਂ ਦੇ ਵੀ ਸੰਧੂ ਕਬੱਡੀਆਂ ਦੇ ਵੀ ਸੰਧੂ ਕਬੱਡੀ ਕਰਾਉਣ ਵਾਲੇ ਵੀ ਸੰਧੂ ਵਾਹ ਜੀ ਵਾਹ ਸਦਕੇ ਬਾਈ ਇੱਧਰ ਪਹਿਲੀ ਕਬੱਡੀ ਰੇਡਰ ਦਾ ਨਾਮ ਮਾਨੀ ਸੰਧੂ ਫਖਰੇ ਪੰਜਾਬ ਪੁਲਿਸ ਉਹ ਯਾਰ ਤੁਰ ਜਾ ਯਾਰ ਭਰਵਾਨੋਂ ਨਾ ਕਰੋ ਆਜ਼ਾਦ ਯਾਰ ਚੰਡਾ ਨਹੀਂ ਕੌਡੀ ਆਇਆ ਚੋਰੀ ਖਾਲਸਾ ਸਾਹਿਬ ਅੰਦਰ ਟੈਨਸ਼ਨ ਨਹੀਂ ਹਾਂਜੀ ਤੁਸੀਂ ਤੁਰ ਜਾ ਯਾਰ ਪੰਜ ਜਣੇ ਚੱਲ ਜਾਓ ਹਾਂਜੀ ਲਓ ਜੀ ਇਹ ਭਰਵਾਨ ਬਾਈ ਇੱਧਰ ਹੋ ਜਾਓ ਹੈਲੋ ਭਰਵਾਨ ਇੱਧਰ ਹੋ ਜਾਓ ਯਾਰ ਆਏ ਹਾਏ ਹਾਏ ਉਹ ਸੰਧੂ ਕੀ ਆਈ ਬਾਈ ਰਾਮਤ ਜੋਗਰ ਲੱਗਿਆ ਲੇਕਰ ਸੰਧੂ ਨੇ ਗਿਆ ਨਹੀਂ ਸੋਰਿਆ ਲਓ ਜੀ ਪਹਿਲੀ ਪਹਿਲੀ ਕੌਡੀ ਜਿਹੜੀ ਹੈ ਨਾ ਚੰਡ ਤੋਂ ਬਗੈਰ ਚੰਡ ਛੰਡ ਮਾਰਨੀ ਹੈ ਤੁਹਾਡੀ ਮਿਹਰਬਾਨੀ ਵਾਹ ਜੀ ਵਾਹ ਸਦਕੇ ਮਾਨੀ ਇੱਧਰ ਆ ਬਾਈ ਸਟੇਜ ਆ ਲਾ ਜਾ ਇਧਰਲੇ ਪਾਸੇ ਆ ਜਾ ਉਹ ਭਾਈ ਪਰਾ ਟੁੱਟ ਜਾਓ ਤੁਸੀਂ ਖੁਦਾ ਦਾ ਨਾਂ ਜਿਓ ਮੈਂ ਕਿੱਥੋਂ ਇੰਨਾ ਹਮਲਾ ਲੈਂਦਾ ਹਾਂਜੀ ਲਓ ਜੀ ਕਬੱਡੀ ਪਾਏਗਾ ਸ਼ਾਨੇ ਅਲੀ ਪੰਜਾਬ ਪੁਲਿਸ ਦੇ ਨਾਲ ਤਾਲਕ ਹੈ ਮੁੰਡੇ ਦਾ ਅੱਜ ਤੇ ਪੁਲਿਸ ਫਾਰਮ ਦੇ ਵਿੱਚ ਜੀ ਜੀ ਵਾਹ ਬਾਈ ਵਾਹ ਸਦਕੇ ਮਾਨੀ ਸੰਧੂ ਬਾਈ ਤੇਰੇ ਸੋਹਣੇ ਵਜੂਦ ਤੋਂ ਅੱਲਾ ਦੀ ਜ਼ਾਤ ਸਲਾਮਤ ਰੱਖੇ ਤੈਨੂੰ ਇਹ 500 ਰੁਪਇਆ ਸਟੇਜ ਦੇ ਉੱਤੋਂ ਹੌਸਲਾ ਅਫਜ਼ਾਈ ਸ਼ੁਕਰੀਆ ਮਿਹਰਬਾਨੀ ਉਧਰ ਕਬੱਡਰ ਜਨਾਬ ਉਹਨੂੰ ਮਿੱਟੀ ਲੱਗ ਰਹੀ ਹੈ ਪੰਜ ਬੰਦੇ ਮਿੱਟੀ ਲਾ ਰਹੇ ਨੇ ਕਿ ਚਾਰ ਨੇ ਚਾਰ ਬੰਦੇ ਮਿੱਟੀ ਲਾ ਰਹੇ ਨੇ ਤੇ ਸ਼ੁਕਰੀਆ ਅਦਾ ਕਰ ਰਹੇ ਜਨਾਬ ਸਾਡੇ ਹਾਜੀ ਰਜ਼ਵਾਨ ਪੁਲਰ ਸਾਹਿਬ ਜਨਾਬ ਚੌਧਰੀ ਅਤੀਕ ਸੰਧੂ ਸਾਹਿਬ ਚੌਧਰੀ ਜਾਸ ਜੋਗਰ ਸਾਹਿਬ ਚੌਧਰੀ ਪ੍ਰੀਤ ਗੁਜਰ ਸਾਹਿਬ ਚੌਧਰੀ ਅਜਮਲ ਗੁਜਰ ਸਾਹਿਬ ਉਹਨਾਂ ਦਾ ਵੀ ਸ਼ੁਕਰੀਆ ਹਾਜੀ ਚੌਧਰੀ ਖਾਲਦ ਮਹਿਮੂਦ ਗੁਜਰ ਸਾਹਿਬ ਸਾਡੇ ਫਖਰੇ ਪਾਕਿਸਤਾਨ ਤਾਰੀਖ ਇਨਸਾਫ ਸ਼ੁਕਰੀਆ ਚੌਧਰੀ ਰਾਸਬ ਸਾਹਿਬ ਜਨਾਬ ਚੌਧਰੀ ਅਰਸ਼ਦ ਸਾਹਿਬ ਸ਼ੁਕਰੀਆ ਮਿਹਰਬਾਨੀ ਤੇ ਕਬੱਡੀ ਪੈ ਰਹੀ ਹੈ ਜੀ ਸ਼ਾਨੇ ਅਲੀ ਨਾ ਹੈ ਬੇਟਾ ਬਾਹਰ ਆ ਜਾਓ ਬੇਟਾ ਤੁਸੀਂ ਵਿੱਚ ਨਹੀਂ ਜਾਣਾ ਉਧਰ ਲਾਈਵ ਚੱਲ ਰਹੀ ਹੈ ਤੁਹਾਨੂੰ ਪਤਾ ਨਹੀਂ ਮੂਵੀ ਬਣਾਉਣ ਵਾਲੇ ਆਏ ਨੇ ਫੋਟਾਬਾਦ ਤੋਂ ਬੰਦੇ ਆਏ ਨੇ ਤੇ ਤੁਸੀਂ ਆਪਣੇ ਮੋਬਾਈਲ 6500 ਵਾਲੇ ਕਿਸ਼ਤਾਂ ਦੇ ਵਹਾਂਦੇ ਜੀ ਉਧਰਲੇ ਪਾਸੇ ਕਬੱਡੀ ਫਿਰ ਪੈ ਗਈ ਜੀ ਚੱਲ ਬਈ ਨੌਜਵਾਨਾ ਵਾਹ ਜੀ ਵਾਹ ਸਦਕੇ ਲਓ ਜੀ ਸ਼ਾਨੇ ਅਲੀ ਅਸਗਰ ਪੱਟੀ ਸਾਹਿਬ ਰੈਫਰੀ ਦੇ ਪ੍ਰਾਈਜ਼ ਅੰਜਾਮ ਦੇਣਗੇ ਆਏ ਹਾਏ ਉੱਤੇ ਚੜ ਕੇ ਕਹਿੰਦੇ ਟੱਚ ਮਾਰਨ ਦੀ ਕਰ ਰਿਹਾ ਕੋਸ਼ਿਸ਼ ਮੁੰਡਾ ਚੰਡਲ ਕਬੱਡੀ ਸਾਹਮਣੇ ਚਾਰ ਖੂਨ ਖਾਰ ਜਾਪੀ ਦੋਨਾਂ ਸਾਈਡਾਂ ਤੇ ਅਲੀ ਅਲੀ ਬੱਟ ਤੇ ਅਲੀ ਵੜਾ ਜੀ ਨੂੰ ਅਲੀ ਨਾਂ ਨਾਲ ਪਿਆਰੇ ਤਾੜੀ ਮਾਰੋ ਜੀ ਹਾਂਜੀ ਪਿੱਛੋਂ ਵਾਹ 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 ਸਦਕੇ ਸਦਕੇ ਜੀ ਇਹ ਸ਼ਾਨੇ ਅਲੀ ਆ ਵੇ ਅਬਦੁਲ ਮਜੀਦ ਮਲਕ ਲੱਗਾ ਜੀ ਲੱਤੋਂ ਲੇਕਿਨ ਕੋਸ਼ਿਸ਼ ਕੀਤੀ ਏ ਵੇਖਾਂਗੇ ਆ ਬਈ ਸਾਹਮਣੇ ਸ਼ਾਨੇ ਅਲੀ ਨਿਕਲਣਾ ਚਾਹੁੰਦਾ ਹੈ ਪਰ ਅਬਦੁਲ ਮਜੀਦ ਮਲਕ ਡਾਜ ਬੜੀ ਖੂਬਸੂਰਤ ਕਰਾ ਲੈਂਦਾ ਮੁੰਡਾ ਇਹ ਆ ਵੇ ਕਹਿੰਦਾ ਗੱਲ ਤਾਂ ਸੋਹਣਾ ਲੱਗ ਰਹੀ ਪੁਆਇੰਟ ਬਰਾਬਰ ਜੀ ਬਹੁਤ ਅੱਛੇ
ਦਾ ਪੀਲਾ ਮੁੱਖ ਨਾ ਹੋਵੇ, ਕੋਈ ਵੀ ਸੁੱਕਾ ਇਧਰ ਆਓ ਜੀ ਸ਼ਾਨੇ ਲਈ, ਕੋਈ ਵੀ ਸੁੱਕਾ ਰੁੱਖ ਨਾ ਹੋਵੇ, ਇੱਕ ਵੀ ਸੁੰਜੀ ਕੁੱਖ ਨਾ ਹੋਵੇ, ਅੰਤਰ ਜਾਣੀ ਭੁੱਖ ਨਾ ਹੋਵੇ। ਇਹਨਾਂ ਵੱਡਾ ਪੱਖਾ ਹੀ ਉਹਦੇ ਉਹਦੇ ਹੋ ਗਿਆ ਭਾਈ, ਪੱਖਾ ਤਾਂ ਵੱਡਾ। ਹਾਂਜੀ ਹਾਂ ਹਾਂ ਹਾਂ, ਵਾਹ ਜੀ ਵਾਹ, ਵਿਹਾਰ ਸਿੱਧਾ ਕਰੋ, ਰੌਣੇ ਖੋਨੇ ਉਧਰਲੇ ਪਾਸੇ। ਹਾਂ ਬਈ ਮੁੰਡਿਆ ਇੱਧਰ ਹੋ ਜਾ, ਡੱਡੋ ਇੱਧਰ ਲੈ ਆਵੋ, ਮੁੰਡੇ ਬੱਚੇ ਜ਼ਰਾ ਸਟੇਜ ਵੱਲ ਲੈ ਆਵੋ, ਤੁਹਾਡੀ ਮਿਹਰਬਾਨੀ। ਕਬੱਡੀ ਪਾ ਰਿਹਾ ਬੱਗੀ ਬੱਟ, ਉਧਰਲੇ ਪਾਸੇ ਚਾਰ ਜਾਪੀ ਮੁੰਡੇ ਬੜੇ ਤਗੜੇ, ਕਿਤੇ ਭਾਵਲਪੁਰੋਂ ਕਹਿੰਦੇ ਚੀਮੇ ਵਰਗੇ ਆਏ ਨੇ ਸ਼ੀਆ ਦੇ, ਪਰ ਇੱਧਰ ਵੇਖਣਾ। ਕਬੱਡਰ ਦਾ ਨਾਂ ਜੇ ਕੈਪਟਨ ਬੱਗੀ ਬੱਟ, ਵਾਹ 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 ਸਦਕੇ। ਹਾਂਜੀ ਲਓ ਜਨਾਬ, ਮਿਹਰਬਾਨੀ ਕਰਨੀ ਹੈ, ਤੁਸੀਂ ਫਿਕਰ ਨਾ ਕਰੋ, ਤੁਸੀਂ ਜਗ੍ਹਾ ਦਿਓ ਸਾਨੂੰ ਜਰਾ। ਲਓ ਜੀ ਕਬੱਡੀ ਪਾ ਰਿਹਾ ਉਧਰਲੇ ਪਾਸੇ, ਰੇਡਰ ਦਾ ਨਾਂ ਹੈ ਜੀ ਕਹਿੰਦੇ ਬੱਗੀ ਬੱਟ। ਚੌਧਰੀ ਅਤੀਕ ਸੰਧੂ ਸਾਹਿਬ ਰੈਫਰੀ ਦੇ ਪ੍ਰਾਈਜ਼ ਅੰਜਾਮ ਦਿੰਦੇ ਨੇ, ਪਰ ਸਾਹਮਣੇ ਚਾਰ ਜਾਪੀ ਕਹਿੰਦੇ ਚਾਰ ਹੀ ਲੱਗਣਾ ਚਾਹੁੰਦੇ ਨੇ। ਲਓ ਲੱਤ ਫੜਨ ਦੀ ਕੋਸ਼ਿਸ਼ ਕੀਤੀ, ਆਹ ਵੀ ਮੁੰਡਿਆ ਹਲਕੀ ਜੀ ਚੰਡ ਆਉਂਦੇ ਹੋ, ਕੋਈ ਗੱਲ ਨਹੀਂ ਬੱਗੀ ਲਾ ਸੱਟ, ਕੌਡੀ ਪੱਕੀ ਵੀ ਹੋਵੇ ਤੇ ਸੱਟ ਲੱਗਣੀ ਚਾਹੀਦੀ ਹੈ। ਵਾਹ ਵਾਹ ਵਾਹ, ਆਹ ਬਾਈ ਮੁੰਡਿਆ ਕਹਿੰਦਾ ਮੈਂ ਜੱਫਾ ਕਰਾਂਗਾ। ਆਹ ਹਾਂ ਕਿੱਧਰ ਬਾਈ, ਇਹ ਕੈਪਟਨ ਬੱਗੀ ਹੈ ਆਰਮੀ ਦੇ ਨਾਲ ਤਾਲਾ ਕੇ, ਮੁੰਡਾ ਫੜਨ ਦੇ ਵਿੱਚ ਕਾਮਯਾਬ ਹੋਇਆ ਕਿ ਨਹੀਂ? ਅਜੇ ਨਹੀਂ, ਅਜੇ ਚੱਲ ਰਹੀ ਹੈ ਕਸ਼ਮਕਸ਼। ਵਾਹ ਵਾਹ ਵਾਹ, ਇੱਕ ਵਾਰ ਆਏ ਹਾਏ, ਇੰਜ ਇੰਜ ਖੈ ਬਖੈ ਹੋਣੀ, ਉਂਝ ਨਹੀਂ ਚੱਲਦਾ ਕੰਮ, ਇਹ ਝੰਬਿਆ ਕੰਮ ਬਣਨਾ ਹੈ। ਆਏ ਹਾਏ ਹਾਏ ਹਾਏ, ਆਏ ਹਾਏ, ਉਹ ਜੀ ਓਏ ਵਾਹ, ਐਸ ਕਬੱਡੀ ਦੇ ਚੌਰੀ ਖਾਲਸਾ ਸਾਹਿਬ ਰੇਟ ਵਧਾ ਦਿਆਂਗੇ। ਓ ਹੋ ਹੋ, ਵਾਹ ਜੀ ਵਾਹ, ਲੈ ਬਾਈ ਐ ਚਾ ਸਹੀ, ਤਾੜੀ ਤਾੜੀ ਮਾਰਦੇ ਯਾਰ। ਚੌਰੀ ਜਾਨ ਸਾਹਿਬ 500 ਤੁਹਾਡਾ ਵੀ ਬਣਦਾ, ਇਹ ਕੰਮ ਹੀ ਇੰਜ ਦਾ ਹੋਇਆ, ਯਕੀਨ ਕਰੋ। ਇਹ ਜੇ ਗੱਲ ਇੰਜ ਵੀ ਬਰਾਬਰ ਟੀਮਾਂ ਹੋਣੀ, ਦੋਵੇਂ ਖਲੋਗਾ ਨੇ ਲੱਗਾ ਸਾਡਾ ਭਾਈ, ਅੱਲਾ ਹੀ ਵਾਰਾ ਸੀ। ਵਾਹ ਜੀ ਵਾਹ ਸਦਕੇ, ਓਏ ਕੈਪਟਨ ਬੱਗੀ ਆ ਹੈ ਇਧਰ, ਸ਼ਦਾਦ ਆ ਚੌਰੀ ਰਾਸਮ ਸਾਹਿਬ, ਚੌਰੀ ਅਰਸ਼ਦ ਸਾਹਿਬ, ਔਰ ਜਨਾਬ ਹਾਂਜੀ ਚੌਧਰੀ ਖਾਲਦ ਮਹਿਮੂਦ ਗੁੱਜਰ ਸਾਹਿਬ, ਜਿਨ੍ਹਾਂ ਨੇ ਠੇਕਾ ਕੀਤਾ 350 ਮੇਲੇ ਤੇ ਜਾਂਦੇ ਨੇ ਸਾਲ ਵਿੱਚ, ਇਹ ਬੜੀ ਗੱਲ ਹੈ। ਹਾਂਜੀ ਇਹ ਮੈਂ ਨਾ ਘਰ ਸਾਰੀ ਇਹ ਹੋਈ ਜੰਗ ਚੱਲਦੀ ਵੀ ਮੇਲੇ ਵੱਧ ਰਹੇ ਅਸੀਂ ਘੱਟ ਆ, ਮੇਲਿਆਂ ਦੇ ਜਾਈ ਜਾਂਦੇ ਨੇ ਰੋਈ ਦਿਹਾੜੀ, ਪਰ ਕੋਈ ਗੱਲ ਨਹੀਂ, ਇਹ ਜਨਾਬ ਪਿਆਰ ਮੁਹੱਬਤ ਹੈ। ਲਓ ਜੀ ਇੱਧਰਲੇ ਪਾਸੇ ਕਬੱਡੀ ਪੈ ਗਈ ਫਿਰ, ਲਓ ਜੀ ਆਸਫ ਫੌਜੀ ਆਏ ਹਾਏ, ਪਾਕ ਫੌਜ ਤੇ ਪੰਜਾਬ ਪੁਲਿਸ ਆਈ ਸਾਹਮਣੇ ਮੇ, ਹਾਂ ਜ਼ਿੰਦਾਬਾਦ ਜੀ। ਮੈਂ ਨਾ 20 ਨੰਬਰ, ਅੱਜ ਛੇਤੀ ਕਰੋ ਯਾਰ, ਅਜੇ ਤੇ ਹੋਰੇ 1.5 ਨੰਬਰ ਹੋਇਆ। ਹਾਂਜੀ ਕਬੱਡੀ ਪਾ ਰਿਹਾ ਜੀ ਆਸਫ ਫੌਜੀ, ਤੇ ਇੱਕ ਪਾਸੇ ਅਲੀ ਵੜਾਇਚ ਨਾਲ ਅਲੀ ਬੱਟ ਅਬਦੁਲ ਮਜੀਦ ਮਲਕ, ਤੇ ਆ ਬਾਈ ਸੋਹਣਿਆ ਇਹ ਐ ਲੱਗਾ ਹੀ ਮੁੰਡਾ, ਕਹਿੰਦੇ ਉੱਥੇ ਖਲੇ ਖਲੋਤੇ ਲੱਤ ਫੜਨਾ ਚਾਹੁੰਦਾ ਸੀ, ਪਰ ਕਬੱਡਰ ਤੇਜ਼ ਬੜਾ। ਆਏ ਹਾਏ ਹਾਏ ਵਾਹ, ਉਸਤਾਦੇ ਮੋਹਤਰਮ ਚੌਧਰੀ ਨਈਮ ਸੰਧੂ ਦਾ ਸ਼ਗਿਰਦ ਹੈ ਮੁੰਡਾ, ਵਾਹ ਜੀ ਵਾਹ, ਕਿਆ ਬਾਤ ਹੈ, ਆ ਜਾ ਬਈ ਆ ਜਾ, ਆ ਬਈ ਕਬੱਡਰਾ ਲਓ ਜੀ ਕਬੱਡਰ ਦਾ ਨਾਂ, ਹਾਂਜੀ ਕਬੱਡਰ ਦਾ ਨਾਂ ਜੀ ਅਹਿਸਾਨ ਅਲੀ, ਤੇ ਸਾਹਮਣੇ ਜਨਾਬ ਚਾਰ ਜਾਪੀ ਮਿੱਟੀ ਲਾ ਰਹੇ ਨੇ, ਪਹਿਲੀ ਵਾਰੀ ਮਿੱਟੀ ਲੱਗਣੀ ਹੈ, ਲਾਹੌਰ ਦੇ ਮੈਚਾਂ ਦਾ ਅਸੂਲ ਹੈ। ਇਸ ਤੋਂ ਬਾਅਦ ਜਦੋਂ ਕੌਡੀ ਫਾਰਮ ਵਿੱਚ ਆ ਗਈ ਫਿਰ ਜਨਾਬ ਮਿੱਟੀ ਛਿੱਟੀ ਖਤਮ ਹੋ ਜਾਏਗੀ, ਤੇ ਫਿਰ ਆਪਣਾ ਇਮਾਨਦਾਰੀ ਨਾਲ ਤੁਹਾਡਾ ਕੰਮ ਹੈ ਖੁੱਲੀ ਜਾਣਾ, ਐ ਇਮਾਨ ਵਾਲਿਓ ਜ਼ਿਆਦਾ ਕੁੱਟੋ ਜ਼ਿਆਦਾ ਰੋਜ਼ੀ ਕਮਾਓ। ਸਾਂਝ ਨਿਭਾਵਣ ਵਾਲੇ ਤੋਂ ਨਹੀਂ ਰੱਖੇ ਓਲੇ ਜਾਂਦੇ, ਹਾਰੀ ਸਾਰੀ ਬੰਦੇ ਅੱਗੇ ਦੁੱਖ ਨਹੀਂ ਫੋਲੇ ਜਾਂਦੇ, ਜਿਨਸ ਬਕਾਜ ਲੈਣੀ ਹੋਵੇ ਮੁੱਲ ਨਹੀਂ ਪੁੱਛਿਆ ਜਾਂਦਾ, ਜਿੱਥੇ ਹੋਣ ਸਿਰਾਂ ਦੇ ਸੌਦੇ ਧਾਰ ਨਹੀਂ ਤੋਲੇ ਜਾਂਦੇ। ਹਾਂ ਬਈ ਕਬੱਡਰ ਜੀ ਸਾਲ ਲਈ ਅਗਲੇ ਰੇਡ ਤੇ ਸਾਹਮਣੇ ਕੌਣ ਜਾਪੀ ਜੱਪਾ ਕਰੇਗਾ ਵੇਖ ਰਹੇ ਆ। ਨਈਮ ਸੰਧੂ ਇੱਕ ਪਾਸੇ, ਰਹਿਮਤ ਅਲੀ ਡੋਗਰ, ਪਰ ਵੱਡਾ ਕੋਈ ਭਾਈ ਲੱਗਿਆ ਜੇ ਛੋਟਾ ਜਾਣਾ ਕੋਈ ਲੱਗ ਜਾ, ਅਡੋਲ ਹੀ ਕਈ ਵਾਰੀ ਲੱਤ ਖਿੱਚ ਜਾਂਦੇ ਨੇ ਪਤਾ ਨੀ ਲੱਗਦਾ। ਹਾਂ ਬਈ ਧਿਆਨ ਕਰੋ ਸਦਕੇ ਹੋ ਸਦਾ ਦਿਓ। ਮੈਨੂੰ ਇੰਜ ਸ਼ੱਕ ਪੈਂਦਾ ਦੋਵਾਂ ਟੀਮਾਂ ਚ ਇੱਕ ਵੀ ਗੁੱਜਰ ਪਲੇਅਰ ਨਹੀਂ,
ਲੈ ਬਈ ਸੋਹਣਿਆ ਸਾਨ ਵਾਲੀ ਪਾ ਕਬੱਡੀ ਇਹਨੂੰ ਸਾਰੇ ਫੜ ਲਓ ਆਏ ਬਾਈ ਰਾਮਤ ਡੋਗਰ ਆਏ ਬਾਈ ਹਾਂ ਬਾਈ ਡੋਗਰ ਸਾਰੇ ਪਿਛਾੜ ਜਾ ਪਿਛਾੜ ਜਾ ਕੁੱਟ ਫੜਨ ਦੇ ਆ ਕਹਿੰਦਾ ਓਏ ਹੋਏ ਹੋਏ ਤਾਰੀ ਯਾਰ ਤਾਰੀ 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 ਇਹ ਬਸ ਬਸ ਓਏ ਮੁੰਡਿਆ ਫੜਿਆ ਵੀ ਜਾਂਦਾ ਤੇ ਕੁਝ ਨਹੀਂ ਹੁੰਦਾ ਫੜੇ ਵੀ ਬੰਦੇ ਜਾਂਦੇ ਹੀ ਨੇ ਵਾਹ ਜੀ ਵਾਹ ਆਏ ਹਾਏ ਡੋਗਰ ਸਾਹਿਬ ਆ ਜਾ ਬਾਈ ਰਾਮਤ ਵਾਲੀ ਡੋਗਰ ਜ਼ਿੰਦਾਬਾਦ ਬਹੁਤ ਅੱਛੇ ਪੁੱਤਰ ਕਮਾਲ ਕਰ ਗਿਆ ਲਓ ਜੀ ਅਗਲੀ ਕਬੱਡੀ ਜੀ ਅਗਲਾ ਕਬੱਡਰ ਕੱਲੋ ਜੀ ਕਿੰਨੇ ਜਾਣਾ ਹੈ ਮਿੱਟੀ ਲਾਉਣ ਵਾਲਾ ਪ੍ਰੋਗਰਾਮ ਅਜੇ ਮੁੱਕਾ ਨਹੀਂ ਇੱਕ ਰਹਿੰਦਾ ਅਜੇ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਮੰਨ ਗਿਆ ਕਿ ਮੇਰਾ ਸਬਰ ਹੀ ਜੇ ਚਾਰ ਕਰਿੰਦੇ ਦੋ ਤੋਂ ਗਏ ਆ ਨਾਲੇ ਚੰਨ ਦੀ ਲੋ ਤੋਂ ਗਏ ਆ ਪਿੰਡ ਦਾ ਕੱਚਾ ਘਰ ਕੀ ਛੱਡਿਆ ਮਿੱਟੀ ਦੀ ਖੁਸ਼ਬੋ ਤੋਂ ਗਏ ਆ ਮਿੱਟੀ ਦੀ ਖੁਸ਼ਬੋ ਤੋਂ ਗਏ ਆ ਚੱਲ ਬਈ ਮੁੰਡਿਆ ਪਾ ਕਬੱਡੀ ਬਦਲ ਕਰੇ ਤੇ ਥਰ ਥਰ ਕੰਬਣ ਉੱਚੀਆਂ ਸ਼ਾਨਾਂ ਵਾਲੇ ਫਜ਼ਲ ਕਰੇ ਤੇ ਬਖਸ਼ੇ ਜਾਵਣ ਮੈਂ ਵਰਗੇ ਮੂੰਹ ਕਾਲੇ ਅਗਲੀ ਕਬੱਡੀ ਦੇ ਮੁੰਡਾ ਚੱਲ ਬਈ ਰੇਡ ਤੇ ਆਇਆ ਭਰਵੇਂ ਜੁੱਸੇ ਦਾ ਮਾਲਕ ਹੈ ਗੱਭਰੂ ਪਰ ਚਾਰਾਂ ਜਾਪੀਆਂ ਦੇ ਵਿੱਚੋਂ ਕੌਣ ਲੱਗੇਗਾ ਇਹ ਵੇਖ ਬਈ ਸੋਹਣਿਆ ਕੱਦ ਵਧਾ ਰਿਹਾ ਮੁੰਡਾ ਅਜੇ ਡਰਦਾ ਜਿਹਾ ਪਤਾ ਨੀ ਹੁਣ ਕੀ ਬਣਦਾ ਕੋਈ ਗੱਲ ਨਹੀਂ ਡਰੀ ਦਾ ਨਹੀਂ ਜਿਹੜੇ ਬੰਦੇ ਘਰੋਂ ਡਰਦੇ ਨੇ ਉਹ ਬਾਹਰ ਹੀਰੋ ਨੇ ਇਹ ਤੁਹਾਨੂੰ ਮੈਂ ਦੱਸ ਦਿਆਂ ਉਹ ਬਾਹਰ ਕਿਸੇ ਤੋਂ ਨਹੀਂ ਵੜੇ ਜਾਂਦੇ ਤੇ ਘਰ ਕਿਸੇ ਤੋਂ ਆਪਣਾ ਚੁੱਪ ਹੀ ਕਰ ਜਾਓ ਚੱਲ ਬਈ ਮੁੰਡਿਆ ਪਾ ਕਬੱਡੀ ਇਹ ਆਹ ਲਾਗੇ ਵੇ ਵਾਲੀ ਵੜਾ ਚ ਤਾਰੀ 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 ਇਹ ਇੱਧਰ ਆਇਆ ਕਿੱਥੇ ਚੜਿਆ ਇੱਧਰ ਹਾਏ 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 ਉਹ ਜੀ ਉਹ ਨੱਚਾ ਹਾਏ ਉਹ ਮੈਂ ਸਦਕੇ ਨਵੀਂ ਕਹਿੰਦੇ ਇੱਕ ਫਾਟੀ ਇੰਜ ਦੀ ਪਾਈ ਇੱਕ ਕਮਾਲ ਕਰਦੀ ਏ ਵਾਹ ਜੀ ਵਾਹ ਸਦਕੇ ਆਓ ਫੜ 500 ਏਡਾ ਕਿਹੜਾ ਰੌਲਾ ਇੱਧਰ ਆਓ ਜੀ ਜਰਾ ਵਾਹ ਜੀ ਵਾਹ ਅਗਰ ਤੁਸੀਂ ਚੰਡਾ ਵਧਾਓਗੇ ਤੇ ਫਿਰ ਇੱਧਰੋਂ ਵੀ ਕੰਮ ਠੀਕ ਰਵੇ ਲੇਕਿਨ ਚੰਡਾ ਤਰ੍ਹਾਂ ਵਧਾ ਕੇ ਕੋਸ਼ਿਸ਼ ਕਰੋ ਹਲਕੀਆਂ ਦੀਆਂ ਹਾਂ ਜੀ ਅੱਛਾ ਜੀ ਖਾਲਸਾ ਸਾਹਿਬ ਨੇ ਕਰਮੀ ਬੜੀ ਚੰਡ ਜਰਾ ਥੋੜੀ 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 ਜਰਾ ਜ਼ਿਆਦਾ ਨਹੀਂ ਠੀਕ ਹੋ ਗਿਆ ਲਓ ਜੀ ਮਾਨੀ ਸੰਧੂ ਆ ਬਈ ਪੁੱਤਰ ਸੰਧੂਆਂ ਦਾ ਇੱਕ ਵਾਰੀ ਫਿਰ ਆਇਆ ਜੀ ਇਧਰਲੇ ਪਾਸੇ ਜਨਾਬ ਅਸਰ ਸਾਹਿਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਰਾਸਬ ਸਾਹਿਬ ਤੁਹਾਡਾ ਵੀ ਸ਼ੁਕਰੀਆ ਇਹਨਾਂ ਜਵਾਨਾਂ ਦੀ ਭਰਪੂਰ ਹੌਸਲਾ ਅਫਜ਼ਾਈ ਅੱਜ ਦੀ ਇਸ ਕਬੱਡੀ ਦੇ ਵਿੱਚ ਜਨਾਬ ਫਰੀਦ ਸਾਹਿਬ ਉਹਨਾਂ ਦਾ ਸ਼ੁਕਰੀਆ ਹਾਜੀ ਰਿਜ਼ਵਾਨ ਭੁੱਲਰ ਸਾਹਿਬ ਚੌਰੀ ਇਜਾਜ਼ ਸਾਹਿਬ ਔਰ ਜਨਾਬ ਚੌਰੀ ਅਤੀਕੁਰ ਰਹਿਮਾਨ ਸੰਧੂ ਸਾਹਿਬ ਕਬੱਡੀ ਪਾ ਰਿਹਾ ਮਾਨੀ ਸੰਧੂ ਪਿੰਡ ਧਾਰੋਵਾਲ ਡਿਸਟ੍ਰਿਕਟ ਗੁਜਰਾਤ ਪੈਟਰੋਲਿੰਗ ਪੁਲਿਸ ਚੌਰੀ ਖਾਦਰ ਗੁਜਰ ਸਾਹਿਬ ਜਾਣਦੇ ਨੇ ਪੈਟਰੋਲਿੰਗ ਪੁਲਿਸ ਦੇ ਵਿੱਚ ਜਿਹੜਾ ਵਿੱਚ ਬਹਿ ਜਾਂਦਾ ਨਾ ਗੱਡੀ ਦੇ ਉਹ 12 ਘੰਟੇ ਬੈਠਾ ਰਹਿੰਦਾ ਮੱਠੀ ਮੱਠੀ ਚਲਾਉਂਦੇ ਰਹਿੰਦੇ ਉੱਥੇ ਵਿੱਚ ਖਰਮਾਨੀਆਂ ਖਾਂਦੇ ਰਹਿੰਦੇ ਉਹ ਨਵੀਂ ਸੰਧੂ ਹੀ ਲੱਗਿਆ ਨੀ ਦੋਵੇਂ ਹੀ ਸੰਧੂ ਤੇ ਰਾਬਰੀ ਵੀ ਸੰਧੂ ਲਓ ਫਿਰ ਮੈਂ ਘਰ ਚੱਲਾ ਜੇ ਇਹਨੇ ਸੰਧੂ ਆਏ ਹਾਏ ਸਦਕੇ ਆ ਬਈ ਮਾਨੀ ਸੰਧੂ ਤੇ ਨਈਮ ਸੰਧੂ ਸਾਰੇ ਫੜ ਲਓ ਵਾਹ ਜੀ ਵਾਹ ਕਿਆ ਬਾਤ ਏ ਕਬੱਡੀ ਪੈ ਰਹੀ ਹੈ ਫਿਰ ਇਧਰਲੇ ਪਾਸੇ ਜਨਾਬ ਮਾਨ ਨਾ ਕਰੀਏ ਰੂਪ ਕਨੇ ਦਾ ਵਾਰਸ ਕੌਣ ਹੁਸਨ ਦਾ ਸਦਾ ਨਾ ਰਹਿਣੇ ਸ਼ਾਖਾ ਹਰੀਆਂ ਸਦਾ ਨਾ ਫੁੱਲ ਚਮਨ ਦਾ ਆਏ ਹਾਏ ਚੰਗੀ ਸਤੀ ਹੁਤਾਉਣ ਦੇ ਵਿੱਚ ਇਹ ਆ ਬਾਈ ਆਏ ਹਾ ਚੀਮਾ 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 ਤੇ ਉਹ ਮੈਨੂੰ ਲੱਗਦਾ ਏਡਾ ਚੀੜਾ ਲੱਗਾ ਜਿਵੇਂ ਦੰਦ ਨੂੰ ਕੀੜਾ ਲੱਗਾ ਵਾਹ ਜੀ ਵਾਹ ਫੜ ਗਿਆ ਜੀ ਫੜ ਗਿਆ ਫੜ ਗਿਆ ਬਹੁਤ ਅੱਛੇ ਜੀ ਵਾਹ ਜੀ ਵਾਹ ਕੋਈ ਗੱਲ ਨੀ ਕੋਈ ਗੱਲ ਉਹ ਮਿੱਟੀ ਰਹਿਣ ਦੇ ਯਾਰ ਅੱਗੋਂ ਕਰੇਨ ਲਿਆਵਾਂਗੇ ਚੋਰੀ ਖਾਲਸ ਦੀ ਤੇ ਤੁਸੀਂ ਇਹਦੇ ਤੇ ਮਿੱਟੀ ਨਾ ਲਾਓ ਨਹੀਂ ਚੀਮਾ ਸਾਹਿਬ ਇੱਧਰ ਆਓ
वाह जी वाह चलिए ठीक संधु साहब 500 रुपया इस जवान दी हौसला अफजाई शुक्रिया मेहरबानी इधरले पासे जनाब चौधरी अजमल साहब शुक्रिया जनाब उन्होंने नाल नाल साडे और भी सारे मेहमानों का शुक्रिया जेडे इन्होंने जवानों की भरपूर हौसला अफजाई कर रहे हैं चौधरी आदल साहब और इधरले पासे चौधरी आसफ साहब जनाब चौधरी अरशद साहब मशकूर हाँ जी कबड्डी पै रही है उधरले पासे रेडर का नाम है जी कहते शाने अली कल इंशाला तला सज्जाद गुजर मुशर्रफ जंजवाल लाला बैदुल्ला ते मैं कहना खीर इतने पाकिस्तान का नचोड़ वड्डे प्लेयर जनाब दुनिया कबड्डी के नामवर खिलाड़ी आउणगे के शकला खतो खाल गवाचे सुपने अख दे नाल गवाचे पल का हासा लभदे अरशद खबरे किन्ने साल गवाचे खबरे किन्ने साल गवाचे शाने अली अब्दुल मजीद मलिक दामत और नारी अली पट ते अली बनाया जी ओए अली बनाई ने भाई उठी जरा ओ बस करो मिट्टी इन्नी बड़ी है धूड़ा उड़न नहीं आने अच्छा लाओ लाओ कोई गल उन्होंने जा को लेटर लग पा थले वाह जी वाह लतीफा जनाब चौधरी खालस साहब हमेशा सुनाई दा अज फिर सुना रहा है ये मैं जिन्नी भी सुनाया मैनू बड़ा स्वाद आता बंदा जनाब जंगल ही तुर गया जाके शेर नु पुछया तू भाई एक घंटे किन्ना दौड़ लेना उन्हें कहा 30 किलोमीटर उन्हें हरण नु पुछया किन्ना दौड़ना उन्हें कहा 40 उन्हें चीते नु पुछया किन्ना दौड़ना भाई एक घंटे च उन्हें कहा 60 किलोमीटर गिदड़ नु पुछया तेरी किन्नी दौड़े उन्हें कहा साडी दौड़ जाती नहीं हुंदी जिन्ना पिछला लवा लवे पिछला भजाए जिन्ना अं उन्ना भजने हाँ जी उन्हें कहा साडी जाती नहीं हुंदी पिछला 100 दे आए अं 125 तो भी उत्ते लंघे होंगे क्योंकि सानू अजे काम ही कोई नहीं हुंदा साडी जिन्नी को दौड़ लवाए लो जी कबड्डर का नाम इबरार बग्गा वडैच बरादरी का पुत्र है वारे ते जनाब पुजे है मुख्तार बग्गे का भतीजा ते अफजाल बग्गे का पुत्र ते कहिंदे 12वीं का स्टूडेंट भी है मुंडा अज की कबड्डी पार दे वास्ते पुजे है सामने वड्डियां हस्तियां दे वड्डे तजर्बे नामवर खिडारी ने आए हाय क्या बात है ए कहिंदा इंज नहीं ए आए हाय तारी 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 उंदा नसया नहीं पड़े जांदा उहने कहा मैं इंज नहीं पड़े क्योंकि इहदी दौड़ जिहड़ी है ना जी बड़ी वारी लवा के वेखी है इह फड़े नहीं जांदा इधर आ ध्यान कहिंदे गया वाह जी वाह सोहणा आए हाय हाय क्या बात है मैं कहना भी अपना हाँ जी खालस साहब अपना आदत का हानी लगता है मैं मुंडा आ जरा मुंडा बाहर भी पढ़ता है बहुत सोहना जनाब प्लेयर है फड़ भाई बचिया इधरों भी फड़ना ही उधरों कदम तो भी लै लो जी उधरले पासे कबड्डर का नाम जे शाने अली फिर लै भी मुंडिया कोई मुंडे तगड़े कली जो फटाफट किन्ने प्ले अपना पॉइंट किन्ने हुए ने अठ आए है 11-7 वाह जी वाह 11-7 है जी पेटी का नंबर दसिया पुलिस का पेटी नंबर विंदर 11-7 जी ये जनाब 11 पॉइंट ने अली बड़ाई की टीम दे इधरले पासे जनाब 7 नंबर ने कबड्डी पा रहा फिर शाने अली अंकल जी हाँ भाई उन्होंने कहा उधर चीमा खलोंदा इधर भी चीमा खलोएगा एक मुंडा आओ सामने काले कच्चे वाला नवा मुंडा चीमा आ गया जी चल भाई सोनिया पा कबड्डी ना तू पूरा मोमन बंदिया ना ही काफर पक्का रब दे नां नू जफे मारे अबलीस भी तेनू ही सका कबड्डी पा रहा फिर जनाब शाने अली लफ्जा ते गौर करिया जे चल सारी है कि नहीं मैं ते पूरा कलप रहा बहुत अच्छे जी वाह जी वाह जिंदाबाद हाँ जी चौधरी खालिद महमूद गुजर सा और फाड़ा मुड़िया कितने गया वे पटोल अयो अयो आसफ फौजी ले आई फाड़ के वाह जी 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 मैं ग्राउंड चो मुश्किल पैसे ता होंगे नहीं थे रोड़े बड़े ना अगे रोड़े ने ता मठे मठे जी जी वाह जी वाह मैनू दे दे आजाद डोगर साहब नु पूछ जिंदा अच्छा कोई गल नहीं अंदरे करी हो गया नहीं नहीं उन्होंने पता लग गया लो जी कबड्डी इधरले पासे पवेगी ए रेडर दा नाम जनाब फिर शाने अली शाने अली जी ए आए हाय हाय कोशिश चल रही है कि मैं कहे तरीके कुछ चंड मार ही लवा बड़ी बड़ी दूरों दुनिया आई है अल्लाह ताला सलामत रखे नौजवानों लेकर यकीन करो
ਇਹ ਜਿਹੜੀ ਕੌਡੀ ਇਹਦੇ ਚ ਵੱਡੇ ਵੱਡੇ ਜੀਆਂ ਦੇ ਮੂੰਹ ਵੱਡੇ ਜਾਂਦੇ ਨੇ, ਤੁਸੀਂ ਵੇਖਦੇ ਹੋ ਭਾਈ ਇੱਕ ਜਫਾ ਜਾਂ ਕੌਡੀ ਪਾਉਂਦੇ ਤੇ ਬਹਿ ਜਾਂਦੇ ਜੀ। ਮਿਹਰਬਾਨੀ ਜਨਾਬ ਚੌਧਰੀ ਇਜਾਜ਼ ਟੋਗਰ ਸਾਹਿਬ, ਉਹਨਾਂ ਦੇ ਵੱਲੋਂ 500 ਰੁਪਇਆ ਹੋ ਸਕਦਾ ਇਮਰਾਨ ਸਰ, ਸ਼ੁਕਰੀਆ ਮਿਹਰਬਾਨੀ। ਲਓ ਜੀ ਉਹ ਲੱਗੇ ਅਲੀ ਭੱਟ, ਆਏ ਹਾਏ ਅਲੀ ਭੱਟ ਤੇ ਸ਼ਾਨੇ ਅਲੀ, ਸ਼ਾਨੇ ਅਲੀ ਅਲੀ ਇੱਧਰ ਆਏ ਨਾ, ਉਹਨੇ ਕਿਹਾ ਜੋ ਮਰਜ਼ੀ ਕਰ ਪਰ ਇਹਦੇ ਨਾ ਕਰ। ਆਏ ਹਾਏ ਹਾਂ ਭਾਈ, ਤਾੜੀ ਤਾੜੀ। ਉਹਨੇ ਕਹੀ ਯਾਰ ਮੈਂ ਕਸ਼ਮੀਰੀਆਂ ਦਾ ਪੁੱਤਰ ਹਾਂ, ਮੈਨੂੰ ਆਰਮੀਆਂ ਨੇ ਲਿਆ, ਅੱਲਾ ਦੀ ਕਸਮ ਮੈਂ ਇੰਡੀਆ ਦੇ ਖਿਲਾਫ਼ ਵੀ ਖੇਡਿਆ, ਪਰ ਮੇਰੇ ਨਾਲ ਇਹਦੇ ਨਾ ਕਰ ਜੇ ਮਰਜ਼ੀ ਕਰ। ਵਾਹ ਜੀ ਵਾਹ, ਇੱਧਰ ਆਓ ਜੀ ਅਲੀ ਭੱਟ ਸ਼ਹਿਜ਼ਾਦਾ, ਬਹੁਤ ਅੱਛਾ ਭਾਈ ਕਮਾਲ ਕਰ ਗਿਆ। ਵਾਹ ਜੀ ਵਾਹ, ਪਾਣੀ ਜਿਹੜਾ ਵਧੀਆ ਮੈਂ ਨਾਲ ਖਾਂਦਾ ਤਰੀ। ਜੀ ਕਬੱਡੀ ਪਾਏਗਾ ਕੈਪਟਨ ਬੱਗੀ ਭੱਟ, ਜ਼ਿੰਦਾਬਾਦ ਭਾਈ ਅਲੀ ਭੱਟ ਸ਼ਹਿਜ਼ਾਦਿਆਂ ਜਿਉਂਦਾ ਰਹਿ। ਸ਼੍ਰੀ ਆਦਰ ਸਾਹਿਬ ਵੱਲੋਂ ਵੀ 500 ਰੁਪਇਆ ਸ਼ੁਕਰੀਆ ਮਿਹਰਬਾਨੀ। ਹੈ ਭਲਵਾਨ ਉਹ ਨੇ ਦੋ ਉੱਥੇ ਬਹਿ ਜਾਓ, ਪਲੀਜ਼ ਸਿੱਟ ਡਾਊਨ। ਕੌਡੀ ਵੇਖੋ, ਆਏ ਹਾਏ ਉਹ ਮੁਸਤਫਾ ਸੀਮਾ ਤੇ ਬੱਗੀ ਭੱਟ, ਬੱਗੀ ਭੱਟ ਆਏ ਹਾਏ ਹਾਏ ਹਾਏ, ਅਜੇ ਕਹਿੰਦਾ ਮੈਂ ਫੜੇ ਆਏ। ਵਾਹ ਤਾਰੀ 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 ਤਾਰੀ, ਕਹਿੰਦੇ ਚੀਮਾ ਮੁੰਡਾ ਭਾਵਲਪੁਰ ਆਏ ਆ ਸਿਰਫ ਜੱਫੇ ਕਰਨ ਲਈ, ਪਰ ਆਓ ਗਿਆ ਬੱਗੀ ਬਾਟਾ ਜੀ ਓਏ ਜੀ ਓ ਬੱਟਾ, ਵਾਹ ਵਾਹ ਵਾਹ, ਆ ਬਈ ਤੇਰਾ ਹੋਏ ਨਾ ਕਿ ਨਹੀਂ, ਬਹੁਤ ਅੱਛੇ। ਅਸਗਰ ਭੱਟੀ ਸਾਹਿਬ ਬੜਾ ਔਖਾ ਕੰਮ ਹੈ, ਰਾਜ ਔਖਾ ਹੈ ਜਿਹੜਾ, ਜਿੱਥੋਂ ਤੱਕ ਪਹੁੰਚੇ ਨਾ ਮੁੰਡੇ। ਬਹਿਣਾ ਨੀ ਬਾਹਰ ਚਲੇ ਬਹਿਣਾ, ਇੱਥੇ ਨੀ ਬਹਿਣਾ ਮੇਰਾ ਵੀ, ਤੇਰੀ ਮਿਹਰਬਾਨੀ ਯਾਰ ਬਾਨੇ ਨੇ ਤੂੰ ਅਸੀਂ ਪਾ ਲੈ ਨਾ ਹਾਂ ਜੀ ਕਬੱਡੀ ਜੀ ਉਹਨਾਂ ਪਛਾਣ ਲਏ ਹੈ। ਹਾਂ ਜੀ ਕਮਾਂਡਰ ਦਾ ਨਾਂ ਜਨਾਬ, ਫਿਰ ਉਧਰਲੇ ਪਾਸੇ ਇਹ ਲੈ ਬਈ ਆਏ ਹਾਏ ਫੌਜੀ ਤਾੜੀ ਤਾੜੀ, ਓਏ ਹੋਏ ਹੋਏ ਹੋਏ, ਇੱਧਰ ਖਲੋਏ ਨਾ ਕਿਹਨੇ ਜਾਂਦਾ ਕਿਧਰ। ਵਾਹ ਜੀ ਦੋਏ ਬੰਦੇ, ਵਾਹ ਜੀ ਵਾਹ, ਬਸ 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 ਜੀ ਬਈ ਅਲੀ ਬੜਾ ਚ ਯਾਰ ਸਤਾ ਜੀ ਕੈਮਰਾ ਨੂੰ ਸਾਰੇ ਪਾਸੇ ਜਾ ਲੋ ਉੱਤੇ ਨਾ ਲਾਟਰੀ ਅੰਕ ਕੇ ਲੈ ਬੰਦ ਨਹੀਂ ਲੈ ਬੈਗ ਬੈਗ ਬੀ ਬੀ ਅਲੀ ਵੜਾਇਚ ਸ਼ਹਿਜ਼ਾਦਾ ਚਾਰੀ ਅਜਮਲ ਗੁਜਰ ਸਾਹਿਬ ਇਧਰਲੇ ਪਾਸੋਂ 500 ਰੁਪਇਆ ਸ਼ੁਕਰੀਆ ਮਿਹਰਬਾਨੀ। ਉਧਰਲੇ ਪਾਸੇ ਜਨਾਬ ਸ੍ਰੀ ਆਦਲ ਸਾਹਿਬ ਮਿਹਰਬਾਨੀ ਸ਼ੁਕਰੀਆ ਜੀ, ਆਓ ਫੜ ਬਾਈ ਕਬੱਡੀ ਪਾ ਰਿਹਾ ਫਿਰ ਰੇਂਡਰ ਦਾ ਨਾਂ ਜੀ ਇਬਰਾਰ ਬੱਗਾ। ਹਾਂ ਜੀ ਆਏ ਹਾਏ ਹਾਏ ਰਾਮਤ ਇਬਰਾਰ ਬੱਗਾ ਆਏ ਹੋ ਬੱਗਿਆ ਆਏ ਹੋ ਪੁੱਤਰ ਬੱਗਾ ਉਹ ਬੱਗਾ ਉੱਠ ਪੁੱਤਰ ਉੱਠ ਧਿਆਨ ਕਰ ਤੇ ਸਾਹਮਣੇ ਰਾਮਤ ਡੋਗਰੀ ਲੇਕਿਨ ਬੱਗਾ ਕਹਿੰਦੇ ਮੁੰਡਾ ਬਾਰਵੀਂ ਚ ਪੜ੍ਹਦਾ ਤੇਜ਼ ਬੜਾ ਆ ਗਿਆ ਜੀ ਤਾੜੀ ਮਾਰੋ ਹਾਂਜੀ ਤਾੜੀ ਮਾਰੋ ਇਹ ਪਹਿਲਾ ਤਜਰਬਾ ਇਹਦਾ ਇਸ ਕਬੱਡੀ ਦੇ ਵਿੱਚ ਸਾਰੇ ਅਤੀਕ ਸੰਧੂ ਸਾਹਿਬ ਇਹ ਮੁੰਡਾ ਜਿਹੜਾ ਪਿਓ ਵੀ ਕਹਿੰਦੇ ਵੱਡਾ ਪਲੇਅਰ ਹੋਇਆ ਰੱਸਾ ਕਸ਼ੀ ਦਾ ਵੀ ਔਰ ਉਂਝ ਵੀ ਸਾਡਾ ਕੌਡੀ ਦਾ ਵੀ ਬੜਾ ਨਾਮਵਰ ਖਿਡਾਰੀ ਉਹਦਾ ਇਹ ਪੁੱਤਰ ਹੈ ਜਿਹੜਾ ਮੁੰਡਾ ਨਿਕਲਿਆ ਦੋ ਕਬੱਡੀਆਂ ਅੱਜ ਕਲੀਅਰ ਕੀਤੀਆਂ ਨੇ ਇੱਧਰਲੇ ਪਾਸੇ ਜਨਾਬ ਚੌਧਰੀ ਅਜਮਲ ਗੁਜਰ ਸਾਹਿਬ ਹਾਂਜੀ ਖਾਲ ਮੁਹੰਮਦ ਗੁਜਰ ਸਾਹਿਬ ਸ਼ੁਕਰੀਆ ਮਿਹਰਬਾਨੀ ਇਹਨਾਂ ਜਵਾਨਾਂ ਦੀ ਭਰਪੂਰ ਹੌਸਲਾ ਜੀ ਕਬੱਡੀ ਆਵੇ ਆ ਇੱਧਰ ਆ ਸਭ ਪਹੁੰਚੀ ਫਿਰ ਆਇਆ ਬਾਈ ਆ ਅਲੀ ਭੱਟ ਪਿਹਾੜ ਜਾ ਪਿਹਾੜ ਜਾ ਪਿਹਾੜ ਜਾ ਪਿਹਾੜ ਆਏ ਹਾਏ ਵਾਹ ਅਲੀ ਭੱਟ ਵਾਹ ਕਹਿੰਦੇ ਖਲੋ ਜਾ ਮੈਂ ਜਦੋਂ ਅੱਗੇ ਬਾਹਾਂ ਖੋਲਦਾ ਫਾਟਕ ਖੋ ਇੱਧਰ ਆਏ ਨਾ ਜਿਹੜਾ ਨਾ ਫੜੇ ਜਾਵੇ ਕੁੱਟ ਵੀ ਨਹੀਂ ਆਏ ਹਾਏ ਤਾੜੀ ਯਾਰ ਫੌਜੀ ਨੇ ਵੀ ਕਮਾਲ ਕਰਤੀ ਵਾਹ 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 ਸਦਕੇ ਇਹ ਫੜ ਚੌਰੀ ਅਤੀਕ ਸੰਧੂ ਸਾਹਿਬ ਵੱਲੋਂ 500 ਰੁਪਇਆ ਉੱਧਰ ਜਨਾਬ ਸਰਦਾਰ ਆਪਣਾ ਚੌਰੀ ਜਾਜ ਡੋਗਰ ਸਾਹਿਬ ਵੱਲੋਂ 500 ਰੁਪਇਆ ਸ਼ੁਕਰੀਆ ਮਿਹਰਬਾਨੀ ਇੱਧਰ ਆ ਬਈ ਚੌਰੀ ਅਜਮਲ ਗੁਜਰ ਸਾਹਿਬ 500 ਰੁਪਇਆ ਕਬੱਡੀ ਪਾਏਗਾ ਮਿਹਰਬਾਨੀ ਸੰਧੂ ਹਲਕਾ ਜਿਹਾ ਪਾਣੀ ਪੀ ਕੇ ਚੱਲ ਹਾਂ ਮੁੰਡਿਆ ਪਾ ਕਬੱਡੀ ਵਾਹ ਜੀ ਵਾਹ ਸਦਕੇ ਅੱਜ ਦੀ ਕਬੱਡੀ ਕਹਿੰਦੇ ਨਜ਼ਾਰੇ ਵੱਜ ਗਏ ਨੇ ਇੱਧਰ ਰੇਟ ਵੱਧ ਗਏ ਨੇ ਫਿਰ ਤਾਂ ਕਿਹਾ ਜੇ ਹੁਣ ਸ਼ਾਮਾਂ ਜਿਵੇਂ ਪੈਣਗੀਆਂ ਰੇਟ ਅੱਪ ਹੋ ਜਾਣੇ ਨੇ ਤਰਾਪੀਆਂ ਤੋਂ ਬਾਅਦ ਉੱਥੋਂ ਵੱਜ ਜਾਣੇ ਨੇ ਵਾਹ ਜੀ ਵਾਹ ਕਮਾਲ ਹੈ
ਰੇਜਰ ਫਿਰ ਅਗਲੇ ਵਾਰੇ ਤੇ ਕਹਿੰਦੇ ਨਾ ਹੈ ਨੌਜਵਾਨ ਦਾ ਮਾਨੀ ਸੰਧੂ ਕਿਆ ਬਾਤ ਹੈ ਤੇਰੀਆਂ ਬਾਂਗਾਂ ਤੇ ਸਲਾਤਾਂ ਕਾਹਦੇ ਲਈ ਵੰਡਦਾ ਫਿਰਨਾ ਢੇਰ ਜ਼ਕਾਤਾਂ ਕਾਹਦੇ ਲਈ ਜੇ ਤੂੰ ਅਮਲਾਂ ਨਾਲ ਨਖੇੜੇ ਨਹੀਂ ਕਰਨੇ ਕਰਨਾ ਹੈ ਫਿਰ ਕਾਲੀਆਂ ਰਾਤਾਂ ਕਾਹਦੇ ਲਈ ਕਰਨਾ ਹੈ ਫਿਰ ਕਾਲੀਆਂ ਰਾਤਾਂ ਕਾਹਦੇ ਲਈ 13-14 ਜੁਲਾਈ ਨੂੰ ਇਨਸ਼ਾਅੱਲਾ ਤਾਲਾ ਕਬੱਡੀ ਦਾ ਮੈਚ ਹੋ ਰਿਹਾ ਇਹ ਵੇ ਬਸ ਬਈ ਬਸ ਬਸ ਉਹ ਤੇਰਾ ਭਰਾ ਹੋ ਜਾਏ ਹਾਂਜੀ ਵਾਹ ਜੀ ਵਾਹ ਆ ਜਾ ਬਾਈ ਨਈਮ ਸੰਧੂ ਬਾਈ ਇੱਕ ਵਾਰੀ ਤਾੜੀ ਮਾਰੋ ਸਾਡੇ ਪਾਕਿਸਤਾਨ ਆਸਟ੍ਰੇਲੀਆ ਖੇਡਿਆ ਕਨੇਡਾ ਇੰਗਲੈਂਡ ਪਾਕਿਸਤਾਨ ਦਾ ਇੰਟਰਨੈਸ਼ਨਲ ਪਲੇਅਰ 2 ਅਗਸਤ ਨੂੰ ਤੇ 15-16 ਅਗਸਤ ਨੂੰ ਇਹਦੇ ਪਿੰਡ ਵੀ ਕਮਾਲ ਹੁੰਦੀ ਹੈ ਹਾਏ 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 ਕਿਆ ਬਾਤ ਹੈ ਆ ਜਾਵੇ ਮੁੰਡਿਆ ਲਓ ਜੀ ਕਬੱਡੀ ਉਧਰਲੇ ਪਾਸੇ ਬਾਹਰ ਦਿਓ ਕਹਿੰਦੇ ਮਿੱਟੀ ਲਾ ਲਓ ਇਧਰਲੇ ਪਾਸੋਂ 1000 ਰੁਪਈਆ ਜਨਾਬ ਸ਼੍ਰੀ ਆਦਮ ਸਾਹਿਬ ਇਧਰਲੇ ਪਾਸੋਂ 1000 ਰੁਪਈਆ ਸ਼੍ਰੀ ਅਜਮਲ ਗੁਜਰ ਸਾਹਿਬ ਸ਼ੁਕਰੀਆ ਮਿਹਰਬਾਨੀ ਵਾਹ ਜੀ ਵਾਹ ਕਿ ਭਾਵੇਂ ਬਣਦੇ ਟਾਪ ਦੇ ਲੋਕੀ ਫੇਰ ਵੀ ਕੁਝ ਨਹੀਂ ਜਾਪਦੇ ਲੋਕੀ ਜ਼ਾਤਾਂ ਦੇ ਹੱਥ ਪੀਤੇ ਲੈ ਕੇ ਬੰਦਿਆਂ ਦਾ ਹੱਥ ਨਾਪਦੇ ਲੋਕੀ ਆਪੇ ਮਰ ਕੇ ਆਪ ਜਨਾਜ਼ੇ ਪੜ੍ਹਦੇ ਆਪਣੇ ਆਪ ਦੇ ਲੋਕੀ ਗੈਰਾਂ ਦੇ ਪੈ ਸਾਥ ਨਿਭਾਵਣ ਦੁੱਖ ਨਾ ਸਮਝਣ ਬਾਪ ਦੇ ਲੋਕੀ ਚੱਲ ਬਈ ਅਸਗਰ ਪੱਟੀ ਸਾਡੇ ਵੀਰ ਜਨਾਬ ਅੱਜ ਦੇ ਰੈਫਰੀ ਦੇ ਕਾਇਜ਼ ਅੰਜਾਮ ਦਿੰਦੇ ਨੇ ਪੈ ਸ਼ੁਕਰੀਆ ਮਿਹਰਬਾਨੀ ਚੱਲ ਬਈ ਨੇੜੇ ਲੱਗ ਹਾਂ ਪੁੱਤਰਾ ਨਵੀਂ ਮੁੰਡਾ ਕਹਿੰਦੇ ਵੀ ਆਮ ਨਹੀਂ ਜੇ ਤੁਹਾਨੂੰ ਮੈਂ ਦੱਸ ਦਿਆਂ ਵਾਹ 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 ਸਦਕੇ ਇਹ ਉਹ ਵੀ ਬਾਈ ਬੜਾ ਆਪਣਾ ਉਸਤਾਦ ਇਹ ਜਾਂਦਾ ਕਿਧਰੇ ਸ਼ਗਿਰਦ ਕਿਧਰੇ ਜਾਣਦਾ ਉਸਤਾਦ ਕਿਧਰੇ ਜਾਂਦਾ ਪਿਆ ਧਿਆਨ ਕਰ ਪੁੱਤਰਾ ਹਲਕੀ ਜੀ ਖੱਬੇ ਪੱਟ ਤੇ ਕਹਿੰਦੇ ਮਾਰੀ ਥਾਪੀ ਹਾਂਜੀ ਉਹ ਵੀ ਤਰਠੇ ਆ ਜਾਂ ਵੀ ਉਦੋਂ ਬਾਅਦ ਤਰਠੇ ਨੇ ਕਬੱਡੀ ਦੀ ਕਵਰੇਜ ਵਾਸਤੇ ਅਸੀਂ ਜੀਆਂ ਨੂੰ ਕਹਿੰਦੇ ਹਾਂ ਮਿਹਰਬਾਨੀ ਸ਼ੁਕਰੀਆ ਚੌਧਰੀ ਅਤੀਕ ਸੰਧੂ ਸਾਹਿਬ ਚੌਧਰੀ ਜਾਸ ਡੋਗਰ ਤੇਰੇ ਸਦਕੇ ਕਹਿੰਦੇ ਲੱਤਾਂ ਭਾਵੇਂ ਕਿੱਥੇ ਪਈਆਂ ਹੋਣ ਮਲਕ ਮਜੀਦ ਨਹੀਂ ਛੱਡਦਾ ਇੱਧਰ ਆਓ ਹਾਂ ਜੀ ਮਲਕ ਜੀ ਵਾਹ 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 ਸਦਕੇ ਜਾਈਏ